ਜਿੰਨੇ ਵਿੱਚੋਂ ਸ਼ੋਰਟ ਕੱਟਨੇ ਨੇ ਜੋ ਕਰਨਾ ਕਰ ਲੈ। ਮੈਂ ਤਖਵਿੰਦਰ ਸਿੰਘ ਆਪਣੇ ਬਲਬੂਤੇ ਤੇ ਆਨਾ ਵਾਂ, ਭਾਵੇਂ ਕੋਈ ਪ੍ਰਧਾਨ ਏ, ਭਾਵੇਂ ਕੋਈ ਮੈਂਬਰ ਏ, ਕੋਈ ਏ, ਗੁਰੂ ਧਾਮਾਂ ਦੀ ਬੇਅਦਬੀ ਜਾਂ ਇਦਾਂ ਕਰਨਗੇ ਸਿੱਧੇ ਇਹਨਾਂ ਦੇ ਹੇਕੇ ਚ ਠੁਕਾਂਗੇ, ਤੇ ਇਸੇ ਤਰ੍ਹਾਂ ਅਸੀਂ ਪ੍ਰੋਟੈਸਟ ਕਰਾਂਗੇ, ਇਹਨਾਂ ਦੇ ਪੁਤਲੇ ਵੀ ਜਲਾਵਾਂਗੇ। ਨਾ ਸਾਨੂੰ ਕਿਸੇ ਦੀ ਗੋਲੀ ਦਾ, ਨਾ ਸਾਨੂੰ ਕਿਸੇ ਦੀ ਧੌਂਸ, ਐਸਪੀ ਡੀਸੀ ਦੀ ਕਿਸੇ ਦੀ, ਜੋ ਜਿਹਦੇ ਕੋਲ ਹੁੰਦਾ ਉਹ ਕਰ ਲੈ, ਜਿਹਦੇ ਕੋਲ ਜੋ ਪਾਵਰ ਏ। ਅਸੀਂ ਆਪਣੇ ਗੁਰੂ ਵਾਸਤੇ ਲਛਮਣ ਸਿੰਘ ਧਾਰੋਵਾਲ ਦੇ, ਕਰਤਾਰ ਸਿੰਘ ਚੱਬਰ, ਬੂਟਾ ਸਿੰਘ ਲੈਲਪੁਰ, ਸਰਦਾਰ ਦਰਬਾਰਾ ਸਿੰਘ ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ, ਜਿਨ੍ਹਾਂ ਨੇ ਪੁੱਠੇ ਜੰਡਾਂ ਦੇ ਨਾਲ ਲਟਕਾ ਕੇ ਅੱਗ ਲਾ ਕੇ ਤੇਲ ਪਾ ਕੇ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਨੂੰ ਆਜ਼ਾਦ ਕਰਾਇਆ ਸੀ। ਅਸੀਂ ਗੁਰਦੁਆਰਿਆਂ ਵਾਸਤੇ ਮਰ ਮਿਟ ਜਾਵਾਂਗੇ, ਕਦੀ ਪਿੱਛੇ ਨਹੀਂ ਹਟਾਂਗੇ ਤੇ ਕਦੀ ਮੁਰਦੇ ਹੋ ਕੇ ਬੈਠਾਂਗੇ ਨਹੀਂ। ਬਾਕੀ ਇੱਕ ਹੋਰ ਬੇਨਤੀ ਕਰਾਂਗਾ, ਸਰਦਾਰ ਗੁਰਮੀਤ ਸਿੰਘ ਇਸੇ ਹਰਿਆਣਾ ਕਮੇਟੀ ਦਾ ਮੈਂਬਰ ਹੈ ਸੀਵਨ ਤੋਂ, ਉਹਦਾ ਬਿਆਨ ਆਇਆ ਸ਼ਲਾਘਾ ਯੋਗ ਹੈ। ਮੈਂ ਪ੍ਰਾਊਡ ਫੀਲ ਕਰਨਾ ਉਸ ਬੰਦੇ ਦੇ ਉੱਤੇ, ਉਸ ਬੰਦੇ ਨੇ ਬਿਆਨ ਦਿੱਤਾ, ਉਹਨੇ ਆਖਿਆ ਇਹਨਾਂ ਨੇ ਨਿਕਰਾਂ ਪਾਈਆਂ ਨੇ ਖਾਕੀ ਸਾਰਿਆਂ ਨੇ, ਕਿਉਂ ਕੋਈ ਮੈਂਬਰ ਬੋਲੇਗਾ ਸਾਹਮਣੇ ਆ ਕੇ, ਇਹਨਾਂ ਨਿਕਰਾਂ ਪਾਲੀਆਂ ਨੇ, ਇਹ ਨਿਕਰਧਾਰੀ ਹੋ ਗਏ ਨੇ। ਤੇ ਸੱਚ ਅੱਜ 47 ਮੈਂਬਰਾਂ ਦੇ ਵਿੱਚੋਂ ਇੱਕ ਬੰਦਾ ਬੋਲਦਾ ਪਿਆ, 46 ਕਿੱਥੇ ਟੁਰ ਗਏ ਨੇ, ਪ੍ਰਧਾਨ ਕਿੱਥੇ ਟੁਰ ਗਿਆ। ਸੋ ਮੈਂ ਸਾਰੀ ਹਰਿਆਣੇ ਦੀ ਸੰਗਤ ਨੂੰ ਬੇਨਤੀ ਕਰਾਂਗਾ, ਆਪਣੇ ਗੁਰਧਾਮ ਬਚਾ ਲਓ, ਜੇ ਕੱਲ ਨੂੰ ਪੱਕੇ ਤੌਰ ਤੇ ਕਬਜ਼ਾ ਹੋ ਗਿਆ ਇਹਨਾਂ ਦਾ, ਇਹ ਸਾਨੂੰ ਗੁਰੂ ਘਰਾਂ ਚੋਂ ਕੱਢਣਗੇ ਇਸ ਤਰ੍ਹਾਂ। ਬਿਲਕੁਲ, ਆਜ ਜਬ ਇਹ ਅੰਦੋਲਨ 2 ਸਟਾਰਟ ਹੁਆ ਹੈ, ਔਰ ਇਸਮੇ ਜੋ ਹੈ ਇਹ ਕਮੇਟੀ, ਇਸਸੇ ਪਹਿਲੇ ਵੀ ਜਬ ਜਹਾਂ ਜਹਾਂ ਵੀ ਕਿਸਾਨੋਂ ਨੇ ਅੰਦੋਲਨ ਕੀਆ, ਇਸ ਕਮੇਟੀ ਨੇ ਕਹੀਂ ਸਹਿਯੋਗ ਨਹੀਂ ਕੀਆ, ਕਿਉਂਕਿ ਇਹ ਬਿਲਕੁਲ ਜੋ ਹੈ ਪ੍ਰਤੱਖ ਹੈ ਕਿ ਇਹ ਬੀਜੇਪੀ ਕੀ ਸਰਕਾਰੀ ਕਮੇਟੀ ਹੈ। ਚਲੋ ਠੀਕ ਹੈ, ਆਪ ਸਹਿਯੋਗ ਕਰੋ ਨਹੀਂ ਕਰੋ ਉਹ ਇੱਕ ਅਲੱਗ ਬਾਤ ਹੈ, ਲੇਕਿਨ ਆਜ ਜੋ ਇਹ ਮੈਟਰ ਸਾਹਮਣੇ ਆਇਆ ਕਿ ਮਰਿਆਦਾ ਕੀ ਸ਼ਰਮ ਦੱਜੀਆਂ ਉਡਾਈ ਜਾ ਰਹੀਆਂ, ਔਰ ਉਸਮੇ ਫਿਰ ਉਹ ਬੇਕਸੂਰ ਜੋ ਸਟਾਫ ਹੈ, ਮੈਨੇਜਰ ਹੈ ਜਾਂ ਸੇਵਾਦਾਰ ਹੈ, ਇਹ ਸਾਰੀ ਗਾਜ ਉਨਕੇ ਉੱਪਰ ਗਿਰਾਈ ਜਾ ਰਹੀ ਹੈ। ਕਹਿ ਰਹੇ ਹਾਂ ਅਗੇ ਲੰਗਰ ਵਗੈਰਾ, ਚਾਏ ਵਗੈਰਾ, ਪ੍ਰਸ਼ਾਦਾ ਵਗੈਰਾ ਜਾਣਾ ਤੋ ਜਾਤਾ ਰਹੇ। ਮੈਂ ਪੁੱਛਣਾ ਚਾਹਤਾ ਹੂੰ, ਇਸਸੇ ਪਹਿਲੇ ਵੀ ਤੋ ਪ੍ਰੋਟੈਸਟ ਹੋਏ ਹੈ, ਉਸਮੇ ਲੰਗਰ ਕਿਉਂ ਨਹੀਂ ਦਿਆ ਇਹਨਾਂ ਨੇ? ਆਜ ਇਹ ਕਹਿ ਰਹੇ ਕਿਉਂਕਿ ਆਜ ਸੰਗਤ ਮੇ ਜਬ ਰੋਸ ਪੈਦਾ ਹੁਆ ਹੈ, ਔਰ ਆਜ ਇਨਕੋ ਕਹਿਣਾ ਇੱਕ ਮਜਬੂਰੀ ਬਣ ਗਈ ਹੈ ਇਨਕੀ, ਇਸਸੇ ਪਹਿਲੇ ਇਹਨਾਂ ਨੇ ਸਹਿਯੋਗ ਕਿਉਂ ਨਹੀਂ ਕੀਆ? ਇਹ ਸਰਾਸਰ ਬਿਲਕੁਲ ਸਰਕਾਰ ਕੇ ਆਗੇ ਬਿਕੇ ਹੋਏ ਹੈ, ਔਰ ਇਹ ਜੋ ਮਰਿਆਦਾ ਕਾ ਉਲੰਘਨ ਹੁਆ ਹੈ ਗੁਰਦੁਆਰੇ ਮੇ, ਇਸਕੋ ਕਿਸੀ ਕੀਮਤ ਮੇ ਵੀ ਬਰਦਾਸ਼ਤ ਨਹੀਂ ਕੀਆ ਜਾਏਗਾ। ਇਸਕੇ ਸਾਥ ਆਪਕੇ ਚੈਨਲੋਂ ਕੇ ਮਾਧਿਅਮ ਸੇ ਇਸ ਕਮੇਟੀ ਕੋ ਚੈਲੇਂਜ ਕਰਤੇ ਹੈ ਕਿ ਅਗਰ ਕਿਸੀ ਵੀ ਸਟਾਫ ਕੇ ਉਪਰ ਇਹਨਾਂ ਨੇ ਕੋਈ ਗਾਜ ਗਿਰਾਈ, ਕਿਸੀ ਕਾ ਨੁਕਸਾਨ ਹੁਆ, ਤੋ ਇਨਕੋ ਭੁਗਤਨਾ ਪੜੇਗਾ। ਹਮ ਉਸ ਸਟਾਫ ਕੇ ਸਾਥ ਹੈ, ਸਟਾਫ ਕੀ ਕੋਈ ਮਰਜ਼ੀ ਕੇ ਸਾਥ ਕੁਛ ਨਹੀਂ ਹੋਤਾ ਹੈ। ਤੋ ਭੁਪਿੰਦਰ ਸਿੰਘ ਜੀ, ਖੁਦ ਇੱਕ ਮਿੰਟ, ਜਬ ਤੱਕ ਇਹ ਖੁਦ ਨਹੀਂ ਕਰਤੇ, ਮੈਨੇਜਰੋ ਕਾ ਕਿਆ ਕਸੂਰ ਹੈ, ਉਨ ਸੇਵਾਦਾਰੋ ਕਾ ਕਿਆ ਕਸੂਰ ਹੈ, ਇਹ ਸਰੇਆਮ ਸਾਰਾ ਕਸੂਰ ਮੈਨੇਜਮੈਂਟ ਕਾ ਹੈ, ਔਰ ਮੈਨੇਜਮੈਂਟ ਸੇ ਇਸਕਾ ਹਿਸਾਬ ਲਿਆ ਜਾਏਗਾ। ਇੱਕ ਇੱਕ ਬਾਤ ਕਾ ਸਵਾਲ ਕਾ ਜਵਾਬ ਦਿਆ ਜਾਏਗਾ। ਗੁਰਦੁਆਰੇ ਮੇ ਨਸ਼ੀਲੇ ਪਦਾਰਥ ਮਿਲੇ ਹੈ? ਦੇਖੋ, ਇੱਕ ਤੋ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਔਰ ਪੰਜੋਖਰਾ ਸਾਹਿਬ ਜੋ ਗੁਰਦੁਆਰਾ ਸਾਹਿਬ ਹੈ, ਵੋ ਕਹਾਂ ਪਰ ਪੜਤਾ ਹੈ? ਇਹ ਅੰਬਾਲੇ ਕੇ ਸਾਥ ਹੀ, ਅੰਬਾਲੇ ਮੇ ਹੀ ਪੜਤਾ ਹੈ, ਔਰ ਇਹ ਦੋਨੋਂ ਇਤਿਹਾਸਿਕ ਸਥਾਨ ਹੈ, ਔਰ ਵਹਾਂ ਯਹਾਂ ਤੱਕ ਵੀ ਹਮੇ ਪਤਾ ਚਲਾ ਹੈ ਕਿ ਜੋ ਹਮਾਰੇ ਯਹਾਂ ਸੇ ਨੌਜਵਾਨ ਸਾਥੀ ਜੋ ਅੰਦੋਲਨ ਮੇ ਸ਼ਾਮਲ ਹੋਣੇ ਕੇ ਲਈ ਵਹਾਂ ਗਏ ਹੈ, ਬਾਈਕੋਂ ਪੇ ਗਏ ਹੈ, ਉਹਨੇ ਰਾਤ ਕੋ ਵਹਾਂ ਗੁਰਦੁਆਰੇ ਮੇ, ਮੰਜੀ ਸਾਹਿਬ ਗੁਰਦੁਆਰੇ ਮੇ ਬਾਈਕ ਖੜੇ ਕਰਨੇ ਕੇ ਲਈ ਵਹਾਂ ਜੋ ਪਹੁੰਚੇ ਹੈ, ਤੋ ਮੈਨੇਜਮੈਂਟ ਨੇ ਬਾਈਕ ਨਹੀਂ ਖੜੀ ਕਰਨੇ ਦੀ ਉਨਕੋ। ਤੋ ਕਾਫੀ ਰੋਸ਼ ਹੈ, ਕਿਆ ਕਹੇਂਗੇ ਜੋ ਸਰਕਾਰੀ ਕਮੇਟੀ ਹੈ, ਇਹ ਤਾਂ ਪ੍ਰਧਾਨ ਆਪਸ ਮੇ ਪਹਿਲੇ ਕਰਮਜੀਤ ਆ ਗਿਆ, ਦਾਦੂਵਾਲ ਆ ਗਿਆ, ਇਹ ਆ ਗਿਆ, ਇਹ ਸਰਕਾਰੀ ਸਿਸਟਮ ਜੋ ਹੈ ਨਾ, ਇਹ ਸਰਕਾਰ ਕੇ ਚਮਚੇ ਬਣ ਚੁੱਕੇ ਹੈ, ਔਰ ਸਾਰੀ ਸੰਗਤ ਮੇ ਰੋਸ ਹੈ, ਗਾਮ ਮੇ ਲਾ ਲੋ, ਸ਼ਹਿਰੀ ਜਿਤਨੀ ਵੀ ਸਿੱਖ ਸੰਗਤ ਹੈ, ਸਭ ਮੇ ਯਹੀ ਰੋਸ ਹੈ, ਜੋ ਇਤਰਾਜ਼ਯੋਗ ਵਹਾਂ ਪੇ ਸਮਾਨ ਮਿਲਾ ਹੈ ਜਾਂ ਕੁਛ ਮਿਲਾ ਹੈ, ਉਸਕੇ ਬਾਰੇ ਸਭ ਰੋਸ ਕਰਨੇ ਆਏ ਹੈ ਯਹਾਂ ਪੇ।